22 ਸਾਲ ਦੇ ਮੁੰਡੇ ਨੇ ਇੱਕ ਬੇਹੱਦ ਘਿਨਾਉਣਾ ਕਾਰਾ ਕੀਤਾ ਹੈ ਤੇ ਉਸ ਨੇ ਆਪਣੇ ਪਿੰਡ ਦੇ ਹੀ 5 ਸਾਲ ਦੇ ਇੱਕ ਮਾਸੂਮ ਬੱਚੇ ਨਾਲ ਪਹਿਲਾਂ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਰੌਲਾ ਪੈਣ ਤੇ ਉਸ ਦਾ ਗਲਾ ਦੱਬ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪਿੰਡ ਵਾਲਿਆਂ ਨੂੰ ਦੇਖ ਕੇ ਉਹ ਫਰਾਰ ਹੋ ਗਿਆ, ਜਿਸ ਤੋਂ ਬਾਅਦ ਬੱਚੇ ਦੀ ਜਾਨ ਬਚ ਗਈ। ਉਧਰ ਪੁਲਿਸ ਨੇ ਦਰਿੰਦੇ ਖਿਲਾਫ ਧਾਰਾ 307 ਜਾਣੀ ਕਿ ਇਰਾਦਾ ਏ ਕਤਲ ਦਾ ਮਾਮਲਾ ਦਰਜ ਕਰ ਲਿਆ। ਪਰਿਵਾਰ ਦੇ ਮੁਤਾਬਕ 5 ਸਾਲ ਦਾ ਬੱਚਾ ਖੇਡ ਰਿਹਾ ਸੀ ਤਾਂ ਇੱਕ ਪਿੰਡ ਦਾ ਹੀ 22 ਸਾਲ ਦਾ ਮੁੰਡਾ ਉਸ ਕੋਲ ਆਉਂਦਾ ਏ ਤੇ ਉਸ ਨੂੰ ਕਤੂਰੇ ਦਿਖਾਉਣ ਦੇ ਬਹਾਨੇ ਦੇ ਨਾਲ ਨੇੜੇ ਹੀ ਝਾੜੀਆਂ ਦੇ ਵਿੱਚ ਲੈ ਜਾਂਦਾ ਏ ਤੇ ਬੁਰੀ ਨੀਅਤ ਨਾਲ ਬੱਚਿਆਂ ਨੂੰ ਉਹ ਝਾੜੀ ਦੇ ਵਿੱਚ ਲੈ ਗਿਆ, ਜਿਸ ਤੋਂ ਬਾਅਦ ਉਸ ਨੇ ਬੱਚੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤੇ ਪਿੰਡ ਵਾਲੇ ਜਦੋਂ ਲੱਭਣ ਲੱਗੇ, ਪਰਿਵਾਰ ਵਾਲੇ ਜਦੋਂ ਲੱਭਣ ਲੱਗੇ ਤਾਂ ਉਹ ਬੱਚੇ ਨੂੰ ਗਲਾ ਦਬਾ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ। ਤਾਂ ਮਾਮਲਾ ਰੂਪਨਗਰ ਦੇ ਪਿੰਡ ਰਾਮਪੁਰ ਮਾਜਰੀ ਦਾ ਏ, ਜਿੱਥੇ ਇੱਕ 5 ਸਾਲ ਦੇ ਬੱਚੇ ਨਾਲ ਗੁਆਂਢੀਆਂ ਦੇ ਹੀ 22 ਸਾਲ ਦੇ ਮੁੰਡੇ ਵੱਲੋਂ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਤੇ ਗਲਾ ਦੱਬ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਇਸ ਸੰਬੰਧੀ ਦਰਿੰਦੇ ਖਿਲਾਫ ਧਾਰਾ 307 ਦਾ ਮਾਮਲਾ ਦਰਜ ਕਰ ਲਿਆ ਏ। ਸਭ ਨੂੰ ਇੱਕ ਰੋਕਾ ਮਹਿਸੂਸ ਹੋਇਆ ਸੀ ਕਿ ਕਿਸੇ ਬੱਚੇ ਨਾਲ ਫਿਜ਼ੀਕਲ ਟੋਰਚਰ ਹੋਇਆ, ਜਿਸ ਸੰਬੰਧੀ ਅਸੀਂ ਉਪਰੰਤ ਮੈਂ ਪੁਲਿਸ ਪਾਰਟੀ ਆਪਣੀ ਹੋਸਪਿਟਲ ਭੇਜ ਦਿੱਤੀ ਸੀਗੀ। ਇੱਥੇ ਡਾਕਟਰ ਨੂੰ ਕਿਹਾ ਗਿਆ ਵੀ ਬੇਟਾ ਉਸ ਟਾਈਮ ਜਿਹੜਾ ਬੱਚਾ ਸੀਗਾ ਉਹਦੀ ਚੀਜ਼ ਉਮਰ 5 ਸਾਲ ਹੈ, ਉਹਦਾ ਨਾਮ ਗੁਰਫਤਿਹ ਸਿੰਘ ਹੈ, ਸਾਨੂੰ ਗੁਰਦੀਪ ਸਿੰਘ ਵਿਲੇਜ ਰਾਮਪੁਰ ਮਾਜਰੀ ਅਤੇ ਉਹਨੂੰ ਉਸ ਟਾਈਮ ਦਵਾਈ ਦੇ ਕੇ ਇੰਜੈਕਸ਼ਨ ਦੇ ਕੇ ਸੁੱਤਾ ਪਿਆ ਵੀ ਤੁਸੀਂ ਜਿਹੜਾ ਆਪਣਾ ਬਿਆਨ ਹੈ ਉਹ ਕੱਲ੍ਹ ਲੈ ਲਿਓ। ਤੋ ਸਾਡੇ ਕੋਲ ਉਹਦੇ ਫਾਦਰ ਸਾਹਿਬ ਅੱਜ ਆਏ ਆ, ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਹੈ। ਸਟੇਟਮੈਂਟ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਮੁੰਡਾ ਉਹਨਾਂ ਦੇ ਪਿੰਡ ਦਾ ਮੁੰਡਾ ਹੈ ਮਨੀ ਸਿੰਘ, ਉਹਨਾਂ ਦੇ ਜਿਹੜਾ ਮਨੀ ਸਿੰਘ ਹੈਗਾ ਉਹਨਾਂ ਦੇ ਬੇਟੇ ਨੂੰ ਖੇਡਿਆ ਸੀ ਬਾਹਰ ਚੋਕਲੇਟ ਲੈਣ ਦੇ ਬਹਾਨੇ, ਜਾਣ ਦੇ ਬਹਾਨੇ ਉਹਨੂੰ ਕਿਤੇ ਪਿੰਡ ਦੇ ਨਾਲ ਹੀ ਸਾਈਡ ਜੰਗਲ ਵਿੱਚ ਲੈ ਗਿਆ, ਜਿੱਥੇ ਉਹਨੇ ਉਹਦਾ ਗਲਾ ਦਬਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਬੱਚੇ ਨੂੰ ਉੱਚੀ ਗੋਲਾ ਪਾਇਆ ਤਾਂ ਉੱਥੇ ਛੱਡ ਗਏ, ਉੱਥੋਂ ਭੱਜ ਗਏ। ਅਤੇ ਜਿਸ ਸੰਬੰਧੀ ਉਹ ਜਦੋਂ ਪਿੰਡ ਦੀ ਹੀ ਉਹਨਾਂ ਦੀ ਰਿਸ਼ਤੇਦਾਰ ਵੀ ਚਾਚੀ ਲੱਗਦੀ ਹੈ, ਉਹ ਲੈ ਕੇ ਬੱਚੇ ਨੂੰ ਉਹਨਾਂ ਦੇ ਘਰ ਆਈ। ਸੋ ਬੱਚੇ ਨੇ ਆਪਣੀ ਸਾਰੀ ਗੱਲ ਮੈਂ ਦੱਸੀ, ਉਹਨਾਂ ਨੇ ਮੈਨੂੰ ਆਪਣਾ ਬਿਆਨ ਲਗਾਇਆ, ਜਿਸ ਕਰਕੇ ਉਹਨਾਂ ਦੇ ਬਿਆਨ 'ਤੇ ਆਪਾਂ ਜਿਹੜੀ ਐੱਫ ਆਈ ਆਰ ਲੋਜਰ ਲਿਖੀ ਹੈ ਅੰਡਰ ਸੈਕਸ਼ਨ 307, 365 ਅਤੇ 386 IPC। ਇਹਦੀ ਹੁਣ ਐੱਫ ਆਈ ਆਰ ਲੋਜ ਹੋ ਗਈ ਜੀ, ਆਪਾਂ ਰੇਡ ਪਾਰਟੀ ਬਣਾ ਦਿੱਤੀ ਹੈ, ਜਲਦੀ ਨੂੰ ਆਪਾਂ ਗ੍ਰਿਫਤਾਰ ਕਰਕੇ ਕੋਰਟ ਵਿੱਚ ਪੇਸ਼ ਕਰਾਂਗੇ। ਸਾਡਾ ਘਰ ਤੋਂ ਬੱਚਾ ਗਾਇਬ ਹੋ ਗਿਆ, ਅਸੀਂ ਸਾਰਾ ਪਿੰਡ ਨੇ ਲੱਭਿਆ, ਜਦੋਂ ਬੱਚਾ ਲੱਭਿਆ ਲੱਭਣ ਲੱਗ ਗਏ ਸਾਨੂੰ ਬੱਚਾ ਮਿਲਿਆ ਨਹੀਂ ਕਿਤੇ ਵੀ, ਪੂਰਾ ਹਨੇਰਾ ਹੋ ਚੁੱਕਿਆ ਸੀਗਾ। ਜਦੋਂ ਹਨੇਰਾ ਹੋਇਆ ਤਾਂ ਸਾਰਾ ਪਿੰਡ ਲੱਭਣ ਲੱਗ ਗਿਆ, ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਗਿਆ, ਫਤਿਹ ਹੋਏ, ਸਾਰਾ ਪਿੰਡ ਲੱਭਣ ਲੱਗ ਗਿਆ ਜੀ। ਫਿਰ ਇਹ ਬੱਚਾ ਪਿੰਡ ਦੇ ਥੋੜ੍ਹੀ ਦੂਰ ਜਾ ਕੇ ਜੰਗਲ ਆ ਜੀ, ਜੰਗਲ ਦੇ ਵਿੱਚ ਤੋਂ ਬੱਚਾ ਮਿਲਿਆ ਜੀ, ਆ ਰਿਹਾ ਸੀਗਾ ਉੱਥੇ, ਤਾਂ ਬੱਚਾ ਰੋਵੇ ਉੱਥੇ ਰਾਟ ਪਾਵੇ, ਅਤੇ ਜਿਹੜੇ ਬੰਦਾ ਬੱਚੇ ਨੇ ਵਾਰਦਾਤ ਕੀਤੀ ਹੈ ਉਹ ਮੁੰਡਾ ਉਹਨੂੰ ਜੰਗਲ ਵਿੱਚ ਛੱਡ ਕੇ ਆ ਗਿਆ ਜੀ, ਉਹਦਾ ਨਾਮ ਮਨੀ ਸਿੰਘ ਆ ਜੀ। ਹਾਂਜੀ, ਉਹ ਮੁੰਡਾ ਭੱਜ ਗਿਆ ਜੀ, ਉਹ ਡਰ ਕੇ ਮੁੰਡਾ ਭੱਜ ਗਿਆ, ਉਹਨੇ ਗਲਾ ਘੋਟਤਾ ਮੁੰਡੇ ਦਾ ਜੀ, ਬੱਚਾ ਵੀ ਦੱਸ ਰਿਹਾ ਵੀ ਉਹਨੇ ਆ ਗਲਾ ਘੋਟਤਾ, ਉਰੇ ਵੀ ਮੰਨ ਗਿਆ ਮੁੰਡਾ ਹੁਣ ਵੀ ਮੈਂ ਕੀਤਾ ਇਹ। ਹੁਣ ਸਾਨੂੰ ਤਾਂ ਇਹ ਵੀ ਸਾਨੂੰ ਇਨਸਾਫ ਚਾਹੀਦਾ ਜੀ, ਬਾਕੀ ਉਹ SH ਸਾਹਿਬ ਨੇ ਸਾਡਾ ਭਰੋਸਾ ਦਿੱਤਾ ਵੀ ਹਾਂ ਕਾਰਵਾਈ ਹੋ ਗਈ। ਮੇਰੇ ਬੱਚੇ ਨੂੰ ਗਾਨੋਂ ਮਾਰਨ ਲਈ ਕੋਈ ਜੰਗਲ ਦੇ ਵਿੱਚ ਲੈ ਗਿਆ, ਅਤੇ ਅੱਜ ਤੁਸੀਂ ਦੇਖ ਹੀ ਲਿਆ ਹੋਣਾ ਇਹਦਾ ਗੱਲ ਦਾ ਕੀ ਹਾਲ ਹੋਇਆ ਵਾ, ਅਤੇ ਪਰਮਾਤਮਾ ਨੇ ਪਤਾ ਨਹੀਂ ਕਿਹੜੀ ਵਜੋਂ ਇਹ ਬਚ ਗਿਆ, ਜਦੋਂ ਪਿੰਡ 'ਚ ਰੌਲਾ ਪਿਆ ਰੌਲਾ ਸੁਣ ਕੇ ਭੱਜ ਗਿਆ ਛੱਡ ਕੇ ਉਹਨੂੰ ਉਸ ਟਾਈਮ, ਅਤੇ ਕਿਉਂਕਿ ਰੋਂਦੇ ਦੀ ਆਵਾਜ਼ ਸੁਣੀ ਅਸੀਂ ਕਿੱਥੇ ਪਹੁੰਚ ਗਏ।
ਸਾਰਾ ਬੰਡੇ ਪਹੁੰਚ ਗਏ ਤਾਂ ਲੱਭ ਦਿੰਦੇ ਦਰਦ ਨਿਸ਼ਾਨ ਦੇਖੇ ਹੈਗੇ ਅਸੀਂ ਅਸੀਂ ਨੂੰ ਹੋਸਪਿਟਲ ਲੈ ਗਏ ਇਲਾਜ ਵਾਸਤੇ ਅਤੇ ਉੱਥੇ ਬਾਕੀ ਡਾਕਟਰ ਦੀ ਕਾਰਵਾਈ ਹੋਈ ਹੈਗੀ ਆ। ਕੌਣ ਸੀਗੇ ਜਿਹੜੇ ਬੱਚੇ ਨੂੰ ਲੈ ਕੇ ਗਏ? ਹਾਂਜੀ ਕੌਣ ਗੁਆਂਢੀਆਂ ਦਾ ਮੁੰਡਾ ਸੀ? ਕੋਈ ਗੁਆਂਢੀਆਂ ਦਾ ਮੁੰਡਾ ਸੀ। ਅੱਛਾ ਹਾਂਜੀ। ਕੋਈ ਰੰਜਿਸ਼ ਵਗੈਰਾ ਚੱਲਦੀ? ਰੰਜਿਸ਼ ਸਾਡੇ ਮੁਤਾਬਿਕ ਤਾਂ ਕੋਈ ਰੰਜਿਸ਼, ਅਸੀਂ ਤਾਂ ਸਭ ਨਾਲ ਪਿਆਰ ਕਰਨ ਵਾਲੇ ਹੈਗੇ ਆ। ਬਾਕੀ ਉਹਨਾਂ ਦੇ ਮਨ 'ਚ ਕੋਈ ਹੋਣੀ ਆ ਪੁਰਾਣੀ ਰੰਜਿਸ਼ ਦਾ, ਉਹਨਾਂ 'ਤੇ ਚੇਤੇ ਹੋਣੀ ਆ, ਵੈਸੇ ਅਸੀਂ ਤਾਂ ਭੁੱਲੇ ਬੈਠੇ ਆ, ਉਹਨਾਂ ਨੂੰ ਕੋਈ ਚੇਤੇ ਹੋਣੀ ਆ ਉਹ ਜਾਣਦੇ ਹੈਗੇ ਆ ਵੀ ਜਿਹੜਾ ਉਹਨਾਂ ਨੇ ਸਾਡੇ ਬੱਚੇ ਨਾਲ ਇੱਦਾਂ ਕਰਿਆ, ਬਾਕੀ ਰੱਬ ਜਾਣਦਾ ਜੀ।